ਕੱਲ 4 ਮਹੀਨੇ ਬਾਅਦ ਅਸੀਂ ਗੱਲ ਕੀਤੀ, ਪਰ ਪਤਾ ਨਹੀਂ ਕਿਵੇਂ ਜੇ ਲੱਗਦਾ ਸੀ ਜਿਵੇਂ ਗੱਲ ਹਲੇ ਅਸੀਂ ਕੱਲ ਕੀਤੀ। ਫੋਨ ਮਿਲਦੇ ਸਾਰ ਮੈਂ ਪੁੱਛਿਆ, ਕਿੱਦਾਂ ਕਿਵੇਂ ਵਰਾੜਾ, ਕੀ ਕਰਦਾ ਸੀ? ਉਹ ਕਹਿੰਦਾ, ਯਾਰ ਸਵੇਰ ਦੇ 2 ਵਜੇ ਆ ਸੁੱਤਾ ਪਿਆ ਸੀ, ਹੋਰ ਪਤੰਦਰਾਂ ਮੈਂ ਜਗਰਾਤਾ ਕਰਦਾ ਸੀ, ਕੋਈ ਫਰਮੈਲਿਟੀ ਨਹੀਂ ਨਾ ਕੋਈ ਓਪਰਾ। ਬਰਾੜ ਦੇ ਸਵੇਰ ਦੇ 2 ਵਜੇ ਸੀ UK ਦੇ, ਨਾ ਉਹਨੇ ਰੋਕਿਆ ਨਾ ਆਪਾਂ ਰੁਕੇ, ਬਸ ਸਿੱਧਾ ਢੇਰੀ ਕਰਤਾ ਗੱਲਾਂ ਵਾਲਾ ਟੋਕਰਾ। ਯਾਰਾਂ ਵਿੱਚ ਨੋ ਸੋਰੀ ਨੋ ਥੈਂਕ ਯੂ ਵਾਲੀ ਲਾਈਨ ਤਾਂ ਤੁਸੀਂ ਵੀ ਸੁਣੀ ਹੋਣੀ ਹੈ ਕਈ ਵਾਰੀ, ਜਿਹੜੀ ਬਾਲੀ ਸਾਂਭ ਕੇ ਨਾ ਰੱਖਣੀ ਪਵੇ ਉਹ ਹੁੰਦੀ ਅਸਲ ਯਾਰੀ। ਫੋਰਮੈਲਿਟੀ ਤੋਂ ਪਰੇ ਅਤੇ ਜਾਨ ਤੋਂ ਪਿਆਰੀ ਉਹ ਹੁੰਦੀ ਅਸਲ ਯਾਰੀ, ਅਤੇ ਇਹ ਬਰਾੜ ਮੇਰਾ ਉਹੀ ਆੜੀ। ਕਿੰਨੀਆਂ ਗੱਲਾਂ ਕਰਤੂਤਾਂ ਹਲੇ ਜੋ ਮੇਰੀ ਮਾਂ ਅਤੇ ਮੇਰੀ ਘਰਵਾਲੀ ਨੂੰ ਵੀ ਨਹੀਂ ਪਤਾ, ਉਹ ਮੈਂ ਸਾਰੀਆਂ ਬਰਾੜ ਨੂੰ ਦੱਸੀਆਂ ਨੇ। ਹੁਣ ਤੱਕ ਦੀ 34 ਸਾਲਾਂ ਦੀ ਜ਼ਿੰਦਗੀ ਦੇ ਵਿੱਚ LKG ਤੋਂ ਲੈ ਕੇ 18 ਸਾਲ ਤੱਕ ਉਹਦੇ ਨਾਲ ਬਿਤਾਏ ਹਰੇਕ ਪਲ ਦੀਆਂ ਯਾਦਾਂ ਐਨ ਤਾਜ਼ਾ ਦਿਲ ਵਿੱਚ ਵਸੀਆਂ ਨੇ। ਕਿਹੜੀ ਕੁੜੀ ਪਿੱਛੇ ਕਿੰਨੀਆਂ ਲੜਾਈਆਂ, ਨਟਰਾਜ ਥੀਏਟਰ 'ਚ ਬੰਕ ਮਾਰ ਕੇ ਮੂਵੀ ਦੇਖਣੀ ਅਤੇ ਘਰਦਿਆਂ ਭਾਦਾ ਮੁੰਡੇ ਕਰਨ ਪੜ੍ਹਾਈਆਂ। ਇੱਕੋ ਤਾਂ ਬੰਦਾ ਯਾਰ ਦੁਨੀਆਂ 'ਤੇ ਜਿਹੜਾ ਮੇਰੇ ਸਾਰੇ ਸੀਕ੍ਰੇਟਸ ਜਾਣਦਾ ਆ, ਉਹ ਇਹ ਦੁਨੀਆਂ ਦੇ ਤਕੜੇ ਤੋਂ ਤਕੜੇ ਪਾਸਵਰਡ ਦੇ ਨਾਲੋਂ ਜ਼ਿਆਦਾ ਪੱਕਾ ਮੇਰਾ ਬਰਾੜ ਆਪਣੀ ਜ਼ਬਾਨ ਦਾ ਆ। ਹਰ ਗਲਤੀ, ਹਰ ਖੁਸ਼ੀ, ਹਰ ਗਮੀ, ਜੋ ਵੀ ਜ਼ਿੰਦਗੀ 'ਚ ਹੋਇਆ, ਹਰ ਗੱਲ ਮੈਂ ਕੀਤੀ ਉਹਦੇ ਨਾਲ ਸ਼ੇਅਰ। ਉਹ ਕਦੇ ਮੈਨੂੰ ਜੱਜ ਨਹੀਂ ਕਰਦਾ, ਸਮਝਾ ਜ਼ਰੂਰ ਦਿੰਦਾ, ਨਾਲੇ ਕਹਿੰਦਾ, ਬੈਨੀ ਤੂੰ ਜੋ ਕਰਨਾ ਜ਼ਿੰਦਗੀ 'ਚ ਯਾਰ ਉਹ ਕਰ, ਦੁਨੀਆ ਤੇਰੇ ਬਾਰੇ ਕੀ ਕਹਿੰਦੀ ਆ, ਯੂ ਸ਼ੁਡਨਟ ਕੇਅਰ। ਜਦ ਵੀ ਕਦੇ ਮੂਡ ਡਾਊਨ ਹੁੰਦਾ ਤਾਂ ਉਹਦੀ ਕਾਲ ਆ ਜਾਂਦੀ ਹਰ ਵਾਰੀ, ਨੋ ਸੋਰੀ ਨੋ ਥੈਂਕ ਯੂ ਵਾਲੀ ਲਾਈਨ ਤਾਂ ਤੁਸੀਂ ਵੀ ਸੁਣੀ ਹੋਣੀ ਹੈ ਕਈ ਵਾਰੀ, ਜਿਹੜੀ ਫਰਮੈਲਿਟੀ ਤੋਂ ਪਰੇ ਜਾਨ ਤੋਂ ਪਿਆਰੇ ਉਹ ਹੈ ਸੱਚੀ ਯਾਰੀ, ਤੇ ਬਰਾੜ ਮੇਰਾ ਉਹੀ ਯਾਰੀ। ਲਵ ਯੂ ਯਾਰ। ਕਵਿਤਾ ਸੁਣਾਉਣੀ ਸੀ ਤੁਹਾਨੂੰ ਸਾਰਿਆਂ ਨੂੰ ਯਾਰੀ ਤੇ, ਜਿਹੜੀ ਲਿਖੀ ਸੀ ਤੇ 2002 'ਚ ਜਦ ਮੈਂ ਨਿਊਜ਼ੀਲੈਂਡ ਆਇਆ ਤਾਂ ਮੈਨੂੰ ਉਦੋਂ ਵੀ ਚੜ੍ਹਾਉਣ ਬਰਾੜ ਆਇਆ ਸੀ, ਅਤੇ 15 ਸਾਲ ਲੰਘ ਗਏ, ਇਹਦਾ ਵਿਆਹ ਹੋ ਗਿਆ, ਮੇਰਾ ਵਿਆਹ ਹੋ ਗਿਆ, ਜਵਾਕ ਹੋ ਗਏ, ਸਬੱਬ ਨਹੀਂ ਬਣਿਆ, ਪਰ ਅੱਜ 15 ਸਾਲ ਬਾਅਦ ਜੱਸੀ ਦੇ ਵਿਆਹ 'ਤੇ ਇਕੱਠੇ ਹੋਏ ਸੀ ਇੱਥੇ, ਅਤੇ ਹੁਣ ਵੀ ਮੈਨੂੰ ਵੈਨਕੂਵਰ ਤੋਂ ਪਹਿਲਾਂ ਇਹੀ ਚੜ੍ਹਾ ਰਿਹਾ, ਹੁਣ 15 ਨਹੀਂ ਨਗਾਉਣੇ, ਪਰ ਮਹੀਨੇ ਕੁ ਨਗਾਉਣੇ ਹੁਣ ਬਸ। ਅਤੇ ਯਾਰੀ ਜਿਹੜੀ ਹੈਗੀ ਬਸ ਕਹਿ ਲਓ ਵੀ ਜਦ ਤੁਸੀਂ ਬੋਲ ਸੁਣੇ ਤਾਂ ਸਾਡੀ ਉਹ ਮੇਰੀ ਆਪਣੀ ਕਹਾਣੀ ਆ, ਇਹਨੂੰ ਜਦ ਵੀ ਫੋਨ ਲਾਉਣਾ ਇਹ ਵੀ ਮੈਨੂੰ ਫੋਨ ਲਾਉਂਦਾ। ਕਿੰਨਾ ਚਿਰ ਗੱਲ ਕਰਦੇ ਆਪਾਂ? ਆਪਾਂ ਕਈ ਵਾਰੀ ਅੱਧਾ ਅੱਧਾ ਘੰਟਾ ਵੀ ਲੰਘ ਜਾਂਦਾ ਆ, ਡਿਪੈਂਡ ਫੋਨ, ਕਈ ਵਾਰੀ 30 ਸੈਕਿੰਡ, ਕੋਈ ਜਾਨੀ ਕਿ ਕਦੇ ਮਿੱਥਕੇ ਦਾ ਗੱਲ ਕੀਤੀ ਹੋਣੀ, ਟੌਪਿਕ ਜੋ ਟੌਪਿਕ ਗਾਹਾਂ ਤੋਂ ਗਾਹਾਂ ਨਿਕਲ ਹੀ ਜਾਂਦੇ ਆ। ਕਿੰਨੇ ਟਾਈਮ ਬਾਅਦ ਕਈ ਵਾਰੀ ਫੋਨ ਲੱਗਦਾ, ਆ ਲੈਣਾ 6-6 ਮਹੀਨੇ ਵੀ ਲੰਘ ਜਾਂਦੇ ਆ। ਜਿਹੜੀ ਬਾਲੀ ਸਾਂਭ ਕੇ ਨਾ ਰੱਖਣੀ ਪਵੇ ਉਹੀ ਹੈ ਸੱਚੀ ਯਾਰੀ। ਗੋਡ ਬਲੈਸ ਯੂ ਆਲ, ਤੁਹਾਡੀ ਦੋਸਤੀ ਸਲਾਮਤ ਰਹੇ, ਫਿਰ ਮਿਲਦੇ ਹਾਂ ਤੇਰੇ ਕੋਲ UK ਤੋਂ ਲਾਈਵ ਹੁੰਦੇ ਹਾਂ। UK, yeah. Bye, God bless you. Bye.